ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਜੀਕੇ ਦੀ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਆਂ ਕੱਲ ਵੀਡੀਓ ਜਿਹੜੀ ਆਪਾਂ ਬਣਾਈ ਸੀ ਉਹਦੇ ਵਿੱਚ ਆਪਾਂ ਨੇ ਪੀਪੀਐਸਸੀ ਦਾ ਜੋ ਇਗਜ਼ਾਮ ਹੋਇਆ ਸੀ ਵੈਲਫੇਅਰ ਆਫੀਸਰ ਦਾ ਵੈਲਫੇਅਰ ਫਾਰ ਐਸਸੀਬੀਸੀ ਤੇ ਉਹਦੇ ਆਪਾਂ 50 ਕੁਐਸਚਨ ਡਿਸਕਸ ਕੀਤੇ ਸੀ ਤੇ ਅੱਜ ਫਰਦਰ ਆਪਾਂ ਡਿਸਕਸ ਕਰਦੇ ਆਂ ਨੈਕਸਟ 50 ਕੁਐਸਚਨਸ ਤੇ ਚਾਰ ਵੀਡੀਓਜ਼ ਆਲਰੇਡੀ ਬਣ ਚੁੱਕੀਆਂ ਤੇ ਪੰਜਵੀਂ ਵੀਡੀਓ ਆ ਤੇ ਚਲੋ ਜੀ ਸਟਾਰਟ ਕਰਦੇ ਆਂ ਪਹਿਲਾਂ ਆਪਾਂ 51 ਕੁਐਸਚਨ ਨੰਬਰ ਦੇਖਦੇ ਆਂ ਹੰਟਰ ਕਮਿਸ਼ਨ ਵਾਸ ਅਪੋਇੰਟਡ ਟੂ ਇਨਕਾਇਰ ਅਬਾਊਟ ਹਾਂਜੀ ਹੁਣ ਦੋ ਹੰਟਰ ਕਮਿਸ਼ਨ ਆਏ ਸੀਗੇ ਇੱਕ ਆਇਆ ਸੀਗਾ ਐਜੂਕੇਸ਼ਨ ਦੇ ਨਾਲ ਰਿਲੇਟਡ 1882 ਦੇ ਵਿੱਚ ਲਾਰਡ ਰਿਪਨ ਦੇ ਟਾਈਮ ਤੇ ਇਹ ਜਿਹੜਾ ਹੰਟਰ ਕਮਿਸ਼ਨ ਇਹਨਾਂ ਨੇ ਪੁੱਛਿਆ ਇਹ ਜਲਿਆਂਵਾਲਾ ਬਾਗ ਮਸਕਰ ਹੋਇਆ ਸੀਗਾ ਜੋ ਉਹਦੇ ਟਾਈਮ ਬਣਿਆ ਸੀਗਾ ਠੀਕ ਆ ਮੌਂਟੈਗ ਤੇ ਕਾਮਸਫੋਰ ਸੀਗੇ ਉਸ ਟਾਈਮ ਤੇ ਉਦੋਂ ਬਣਿਆ ਸੀਗਾ ਇਹ 1920 ਦੇ ਵਿੱਚ ਉਹਦੀ ਇਨਕੁਆਇਰੀ ਕਰਨ ਦੇ ਲਈ ਹਾਂਜੀ ਨੈਕਸਟ ਕੁਐਸਚਨ ਵਟ ਇਜ਼ ਦਾ ਲੋਂਗੇਸਟ ਨੈਸ਼ਨਲ ਹਾਈਵੇ ਆਫ ਇੰਡੀਆ ਹਾਂਜੀ ਇਹ ਮਤਲਬ 2015 ਦਾ ਕੁਐਸਚਨ ਆ ਉਸ ਟਾਈਮ ਦਾ ਆਨਸਰ NH7 ਸੀ ਤੇ ਇਹ ਹੁਣ NH44 ਬਣ ਗਿਆ NH44 ਠੀਕ ਆ ਇਹਦਾ ਨਾਮ ਜਾਨੀ ਕਿ ਚੇਂਜ ਹੋ ਗਿਆ ਹਾਂਜੀ ਅੱਗੇ ਦੇਖਦੇ ਆਂ who was called as a martin luther of india martin luther kinu kaha janda martin luther kaha janda dhyanand saraswati nu dhyanand saraswati ne 1875 de vich saraswan dhyanand saraswati ne 1875 de vich arya samaj found kita si theek hai te bombay de vich us to baad edi branch lahore ch vi shift ho gayi si te chalo next question dekhde ha kunan kulm nuclear power plant is being established us time ban reha si te hun ban gaya ਇਹ ਤਾਮਿਲਨਾਡੂ ਦੇ ਵਿੱਚ ਆ ਠੀਕ ਆ ਤੇ ਹੂ ਫਾਰਮੂਲੇਟਸ ਦਾ ਮੋਨਿਟਰੀ ਪਾਲਿਸੀ ਇਨ ਇੰਡੀਆ ਇਹ ਦੇਖੋ ਇੱਕ ਹੁੰਦੀ ਹੈ ਮੋਨਿਟਰੀ ਪਾਲਿਸੀ ਦੂਜੀ ਹੁੰਦੀ ਆ ਫਿਸਕਲ ਪਾਲਿਸੀ ਉਹ ਗਵਰਨਮੈਂਟ ਪ੍ਰਿਪੇਅਰ ਕਰਦੀ ਆ ਤੇ ਇਹ ਜਿਹੜੀ ਮੋਨਿਟਰੀ ਪਾਲਿਸੀ ਆ ਇਹ ਆਰਬੀਆਈ ਪ੍ਰਿਪੇਅਰ ਕਰਦੀ ਆ ਇਕਨੋਮੀ ਦੇ ਨਾਲ ਰਿਲੇਟਡ ਆ 22 ਮੰਥਲੀ ਬੈਠਕ ਹੁੰਦੀ ਆ ਮੋਨਿਟਰੀ ਪਾਲਿਸੀ ਕਮੇਟੀ ਦੀ ਐਮਪੀਸੀ ਦੀ ਤੇ ਚਾਰ ਵਾਰ ਇਹਨਾਂ ਨੂੰ ਮਿਲਣਾ ਜਾਨੀ ਕਿ ਸਾਲ ਦੇ ਵਿੱਚ ਜ਼ਰੂਰੀ ਹੁੰਦਾ ਉਦਾਂ ਇਹ ਦੋ-ਦੋ ਮਹੀਨਿਆਂ ਦੇ ਇੰਟਰਵਲ ਤੋਂ ਤੇ ਮੀਟ ਕਰਦੇ ਆ ਹਾਂਜੀ ਐਸਟੀਮੇਟਸ ਕਮੇਟੀ ਇਸ ਕੰਡਕਟਡ ਆ ਫਰੋਮ ਦਾ ਮੈਂਬਰਸ ਕਨਸਟੀਟਿਊਟਡ ਫਰੋਮ ਦਾ ਮੈਂਬਰਸ ਆਫ ਐਸਟੀਮੇਟ ਕਮੇਟੀ ਆ ਜਿਹੜੀ ਲਾਰਜੈਸਟ ਪਾਰਲੀਮੈਂਟਰੀ ਕਮੇਟੀ ਹੁੰਦੀ ਆ ਠੀਕ ਆ ਤੇ ਇਹ ਸਿਰਫ ਤੇ ਸਿਰਫ ਲੋਕ ਸਭਾ ਦੇ ਮੈਂਬਰਾਂ ਤੋਂ ਹੀ ਬਣਦੀ ਆ ਠੀਕ ਆ 30 ਮੈਂਬਰਸ ਹੁੰਦੇ ਆ ਇਹਦੇ ਚਲੋ ਇਹ ਸਭ ਤੋਂ ਵੱਡੀ ਆ ਉਸ ਤੋਂ ਬਾਅਦ ਮੈਚ ਦਾ ਲਿਸਟ 1 ਵਿਦ ਲਿਸਟ 2 ਐਂਡ ਸਿਲੈਕਟ ਦਾ கரੈਕਟ ਆਨਸਰ ਬਾਏ ਯੂਜ਼ਿੰਗ ਦਾ ਕੋਡਸ 기ਵਨ ਬਿਲੋ ਹਾਂਜੀ ਡ੍ਰੇਨ ਥਿਊਰੀ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਆਂ ਦਾਦਾਬਾਈ ਨਰੂਜੀ ਜਣੇ ਕਿ ਆਗਾ ਪਹਿਲਾ ਉਸ ਤੋਂ ਬਾਅਦ ਆਗਾ ਸਵਰਾਜ ਜੀ ਬਾਈ ਬਰਥ ਰਾਈਟ ਕਿਹਨੇ ਕਿਹਾ ਸੀ ਤਿਲਕ ਨੇ ਕਿਹਾ ਸੀਗਾ ਬਲਗੰਗਾਧਰ ਤਿਲਕ ਜੀ ਨੇ ਉਸ ਤੋਂ ਬਾਅਦ ਸੈਪਰੇਟ ਇਲੈਕਟੋਰੇਟ ਮੰਗਿਆ ਸੀਗਾ ਮੁਸਲਮ ਕਮਿਊਨਿਟੀ ਦੇ ਲਈ ਜਨਾਬ ਨੇ ਮੁਹੰਮਦ ਅਲੀ ਜਨਾਬ ਇਹ ਆਗੇ ਸੀਗਾ ਤੀਸਰਾ ਨੰਬਰ ਇਹ ਹੋ ਗਿਆ ਤੇ ਰਹੇਗਾ ਚੌਥਾ ਐਂਟਰੀ ਇੰਟੂ ਲੈਜਿਸਲੇਸ਼ਨ ਉਹ ਹੈਗੇ ਚਤਰੰਜਨ ਦਾਸ ਜੀ ਸੀ ਆਰ ਦਾਸ ਠੀਕ ਆ ਤਾਂ ਇਹਦੇ ਵਿੱਚੋਂ ਦੇਖ ਲਓ ਹੁਣ ਕਿਹੜਾ ਬਣਦਾ ਅ ਚਾਰ ਬਣ ਗਿਆ ਫਿਰ 3 2 ਹਾਂ ਫਿਰ ਪਹਿਲਾ ਹੀ ਬਣ ਗਿਆ ਹਨਾ ਆ ਗਿਆ ਇਹਦਾ ਆਨਸਰ ਏ ਠੀਕ ਆ ਤੇ ਚਲੋ ਮੂਵ ਕਰਦੇ ਆਪਾਂ ਨੈਕਸਟ ਕੁਐਸਚਨ ਤੇ ਨੈਕਸਟ ਹੈਗਾ ਜੀ ਆਪਣੇ ਕੋਲੇ ਵੈਨ ਡਿਡ ਦੀ ਗੁਰਦੁਆਰਾ ਰਿਫਾਰਮ ਮੂਵਮੈਂਟ ਸਟਾਰਟਡ ਹਨ ਹੁਣ ਗੁਰਦੁਆਰਾ ਸੁਧਾਰ ਮੂਵਮੈਂਟ ਜਿਹੜੀ ਹੈ ਹੁਣ ਦੇਖੋ 4050 ਤਾਂ ਬਿਲਕੁਲ ਗਲਤ ਹੋ ਗਈਆਂ ਪਹਿਲੀਆਂ ਦੋ ਆਪਸ਼ਨ ਹਨਾ ਰਹਿ ਗਈਆਂ ਆਹ ਦੋ ਆਪਸ਼ਨ ਹਨ 30 ਤੇ 20 ਹੁਣ ਜੇ ਇਹਨਾਂ ਦੇ ਵਿੱਚੋਂ ਥੋੜਾ ਜਿਆ ਮਤਲਬ ਕਿ ਇਹ ਤੁਸੀਂ ਇਹ ਲਾ ਲਓ ਵੀ ਕੰਪਲੈਕਸ ਜਿਆਲਾ ਲੋ ਕੁਐਸਚਨ ਕਿਉਂਕਿ 1920 ਦੇ ਵਿੱਚ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਅਕਾਲੀ ਮੂਵਮੈਂਟ ਚੱਲੀ ਉਦੋਂ ਗੁਰਦੁਆਰਾ ਸੁਧਾਰ ਮੂਵਮੈਂਟ ਦੀਆਂ ਮਤਲਬ ਕਿ ਗੁਰਦੁਆਰਾ ਕਈ ਆਪਣੇ ਸੀਗੇ ਜੋ ਮਹਾਂਤਾਂ ਦੇ ਕਬਜ਼ੇ 'ਚ ਸੀਗੇ ਜੇ ਤੁਹਾਨੂੰ ਯਾਦ ਹੋਵੇ ਕੁੱਕਰਵੈਲੀ ਜਾਨੀ ਕਿ ਗੁਰੂ ਕਾ ਬਾਗ ਜਿਹੜਾ ਮੋਰਚਾ ਲੱਗਿਆ ਸੀਗਾ ਠੀਕ ਆ ਉਹ ਤਕਰੀਬਨ 21 22 ਦੇ ਵਿੱਚ ਲੱਗਿਆ ਸੀਗਾ ਤੇ ਉਸ ਦੇ ਅਕੋਰਡਿੰਗ ਜਿਹੜਾ ਆਨਸਰ ਆ ਉਹ 1920 ਹੋਣਾ ਚਾਹੀਦਾ ਠੀਕ ਆ ਚਲੋ ਜੀ ਨੈਕਸਟ ਕੁਐਸਚਨ ਮੜੀ ਦਾ ਦੀਵਾ ਕਿਨੇ ਲਿਖਿਆ ਸੀਗਾ ਮੜੀ ਦਾ ਦੀਵਾ ਬਹੁਤ ਹੀ ਫੇਮਸ ਨੋਵਲਾ ਗੁਰਦੇਵਾਲ ਸਿੰਘ ਜੀ ਦਾ ਤੇ ਇਹਨਾਂ ਨੂੰ ਗਿਆਨਪਿਥਵਾੜ ਮਿਲ ਚੁੱਕਿਆ ਆਲਰੇਡੀ ਇਹ ਆਪਾਂ ਡਿਸਕਸ ਕਰ ਚੁੱਕੇ ਆ 1999 ਦੇ ਵਿੱਚ ਇਹਨਾਂ ਤੋਂ ਪਹਿਲਾਂ ਅਮਰਤਾ ਪ੍ਰੀਤਮ ਜੀ ਨੂੰ ਮਿਲ ਚੁੱਕਿਆ 1981 ਦੇ ਵਿੱਚ ਉਸ ਤੋਂ ਸਭ ਤੋਂ ਪਹਿਲਾਂ ਯਾਨੀ ਕਿ ਇਹ ਮਿਲਿਆ ਸੀਗਾ ਜੀ ਸ਼ੰਕਰ ਕਰੂਪ ਨੂੰ ਜਿਹੜੇ ਕਿ ਮਲਿਆਲਮ ਦੇ ਰਾਈਟਰ ਸੇ ਇਹ ਸਭ ਡਿਸਕਸ ਆਪਾਂ ਪੁਰਾਣੀਆਂ ਵੀਡੀਓਜ਼ ਕਰ ਚੁੱਕੇ ਆ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਠੀਕ ਆ ਇਹ ਕਿੱਥੇ ਆ ਇਹ ਤਾਂ ਪਤਾ ਹੀ ਆਪਾਂ ਨੂੰ ਲੁਧਿਆਣੇ 'ਚ ਚਲੋ ਨੈਕਸਟ ਕੁਐਸਚਨ ਦੇਖਦੇ ਆਪਾਂ ਨੈਕਸਟ ਕੁਐਸਚਨ ਹੈ ਜੀ ਬਲੂ ਰਸ਼ਨ ਕਾਰਡ ਨੀਲੇ ਕਾਰਡ ਜਾਨੀਗੇ ਇਜ਼ ਇਸ਼ੂਡ ਟੂ ਦਾ ਫੈਮਿਲੀ ਇਜ਼ ਇਨ ਪੰਜਾਬ ਅੰਡਰ ਹਮ ਕਿਹੜੀ ਸਕੀਮ ਦੇ ਅੰਡਰ ਦਿੱਤੇ ਜਾਂਦਾ ਅੰਤਯੋਧਿਆ ਸ਼ਗਨ ਆਟਾ ਦਾਲ ਮੁੱਖ ਮੰਤਰੀ ਆਟਾ ਦਾਲ ਸਕੀਮ ਹੋਗੀ ਤਾਂ ਚਲੋ ਨੈਕਸਟ ਦੇਖਦੇ ਆਪਾਂ ਅ ਦਾ ਵੈਨਿਊ ਫਾਰ ਏਸ਼ੀਅਨ ਗੇਮਸ ਛੱਡੋ ਪੁਰਾਣਾ ਕੁਐਸਚਨ ਕਰੰਟ ਦਾ ਕੁਐਸਚਨ ਆ ਕਰੰਟ ਦੇ ਛੱਡਣੇ ਨਹੀਂ ਹੈਗੇ ਯਾਨੀ ਕਿ ਫਿਲਹਾਲ ਤਾਂ ਆਪਾਂ ਨੇ ਜਿਹੜੇ ਹੋਣ ਵਾਲੇ ਨੇ ਉਹ ਕਰਨੇ ਨੇ ਉਹਦੀ ਸੀਰੀਜ਼ ਆਲਰੇਡੀ ਅਪਲੋਡਡ ਆ ਉੱਪਰ ਟੈਗ ਵੀ ਤੁਸੀਂ ਦੇਖ ਸਕਦੇ ਹੋ ਉੱਥੋਂ ਵੀ ਕਲਿੱਕ ਕਰਕੇ ਤੁਸੀਂ ਸਿੱਧਾ ਕਰੰਟ ਦੇ ਵੀਡੀਓ ਜਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਵਿੱਚ ਸਟੇਟ ਬਿਕਮਸ ਦਾ ਫਰਸਟ ਸਟੇਟ ਇਨ ਦਾ ਕੰਟਰੀ ਟੂ ਅਨਾਉਂਸ 33% ਕੋਟਾ ਫਾਰ ਔਮਨ ਇਨ ਪੁਲਿਸ ਫੋਰਸ ਅੱਛਾ ਪੁਲਿਸ ਫੋਰਸ ਕਿਹਨੇ ਦਿੱਤਾ ਸੀ ਇਹ ਵੀ ਉਸ ਟਾਈਮ ਕਰੰਟ ਦਾ ਕੁਐਸਚਨ ਸੀਗਾ ਵੈਸੇ ਇਹ ਗੁਜਰਾਤ ਨੇ ਦਿੱਤਾ ਸੀ ਉਸ ਤੋਂ ਬਾਅਦ ਇਨ ਵਿੱਚ ਪਲੇਸ ਆਫ ਪੰਜਾਬ ਗੁਰੂ ਰਵਿਦਾਸ ਮੈਮੋਰੀਅਲ ਹਾਂਜੀ ਇਹ ਆ ਗਿਆ ਵੀ ਪੰਜਾਬ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਿਹੜਾ ਮੈਮੋਰੀਅਲ ਆ ਉਹ ਕਿੱਥੇ ਆ ਠੀਕ ਆ ਉਹ ਹੈਗਾ ਜੀ ਖੁਰਾਲਗੜ੍ਹ ਸਾਹਿਬ ਖੁਰਾਲਗੜ੍ਹ ਸਾਹਿਬ ਜਿਹੜਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਆ ਚਲੋ ਨੈਕਸਟ ਕੁਐਸਚਨ ਹੈਗਾ ਅਕੋਰਡਿੰਗ ਟੂ ਦਾ ਵਰਲਡ ਅਰਬਨਾਈਜੇਸ਼ਨ ਪ੍ਰੋਸਪੈਕਟ ਰਿਪੋਰਟ ਬਾਈ UN ਵਿੱਚ ਇਸ ਦਾ ਮੋਸਟ ਪਪੂਲਸ ਇਹ ਉਸ ਟਾਈਮ ਵੀ ਟੋਕਿਓ ਹੀ ਸੀਗਾ ਤੇ ਹੁਣ ਵੀ ਟੋਕਿਓ ਹੀ ਆ ਸਭ ਤੋਂ ਜ਼ਿਆਦਾ ਪਪੂਲਰ ਸਿਟੀ ਇਨ ਦਾ ਵਰਲਡ ਹਾਂਜੀ ਨੈਕਸਟ ਕੁਐਸਚਨ ਦਾ ਲੈਜੈਂਡਸ ਆਫ ਪੰਜਾਬ ਲੈਜੈਂਡਸ ਆਫ ਪੰਜਾਬ ਇਹ ਕਿਤਾਬ ਕਿਹਦੀ ਲਿਖੀ ਹੋਈ ਆ ਕਹਿੰਦੇ ਇਹ ਮੇਰੇ ਲਈ ਵੀ ਥੋੜਾ ਜਿਹਾ ਨਵਾਂ ਕੁਐਸਚਨ ਸੀਗਾ RC Temple ਚਲੋ ਨੈਕਸਟ ਕੁਐਸਚਨ ਦੇਖੋ ਛੇਤੀ ਛੇਤੀ ਤਾਂ ਬੋਲਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਿੰਨੀ ਵੀਡੀਓ ਸ਼ਾਰਟ ਹੋਊਗੀ ਉਨਾ ਹੀ ਫਾਇਦਾ ਤੁਸੀਂ ਵੀ ਉਨੀ ਛੇਤੀ ਰਿਵਾਈਜ਼ ਕਰ ਸਕਦੇ ਹੋ ਹਨ ਤੇ ਪਲੇਲਿਸਟ ਆਲਰੇਡੀ ਬਣੀਆਂ ਹੋਈਆਂ ਨੇ ਚੈਨਲ ਤੇ ਉਹ ਤੁਸੀਂ ਦੇਖ ਲਿਓ ਜੇ ਨਹੀਂ ਦੇਖੀਆਂ ਉਹਨਾਂ ਦੇ ਵਿੱਚ ਆਰਗੇਨਾਈਜ਼ ਕੀਤੀਆਂ ਹੋਈਆਂ ਆਲਰੇਡੀ ਵੀਡੀਓਜ਼ ਇੰਗਲਿਸ਼ ਦੀਆਂ ਕਰੰਟ ਦੀਆਂ ਜੀਕੇ ਦੀਆਂ ਦਾ ਪਲਾਨਟ ਹੈਵਿੰਗ 13 ਮੂਨ ਦੇਖੋ 13 ਮੂਨ ਕਿਹਾ ਇਹਨਾਂ ਨੇ 13 ਇਹਨਾਂ ਨੇ ਮਤਲਬ ਉਹ ਵੈਸੇ ਹੁਣ ਨੈਪਚੂਨ ਦੇ 14 ਨੇ ਮੂਨ ਤਾਂ ਵੈਸੇ ਤੇ ਬਾਕੀ ਵੀਨਸ ਦੇ ਮਾਰਸ ਦੇ ਇਹਨਾਂ ਦੇ ਤਾਂ ਘਾਟੇ ਨੇ ਤੇ ਜਿਹੜਾ ਕਲੋਸਟ ਆਨਸਰ ਸੀਗਾ ਉਹ ਨੈਪਚੂਨ ਚਲੋ ਪੁਰਾਣਾ ਹੈ ਤਾਂ ਕੁਸ਼ਣ ਚੱਲਦੀ ਰਹਿੰਦਾ ਇੱਕ ਨਾ ਤਾਂ ਮੂਨ ਇਧਰ ਉਧਰ ਕੋਈ ਡਿਸਕਵਰ ਹੋ ਜਾਂਦਾ ਕੋਈ ਡਿਸਕਵਰੀ ਪਹਿਲਾਂ ਹੋ ਗਈ ਬਾਅਦ ਚ ਹੋ ਗਈ ਨੈਕਸਟ ਦੇਖਦਾ ਵਿੱਚ ਇਸ ਦਾ ਫਰਸਟ ਇੰਡੀਅਨ ਸਟੇਟ ਟੂ ਪ੍ਰੋਵਾਈਡ ਯੂਨੀਵਰਸਲ ਹੈਲਥ ਕਵਰੇਜ ਟੂ ਇਟਸ ਸਿਟੀਜ਼ਨਸ ਯੂਨੀਵਰਸਲ ਹੈਲਥ ਕਵਰੇਜ ਸਿਟੀਜ਼ਨਸ ਨੂੰ ਉਸ ਟਾਈਮ ਦਿੱਤੀ ਸੀਗੀ ਕਰੰਟ ਦਾ ਕੁਸ਼ਣ ਸੀਗਾ ਕਰਨਾਟਕਾ ਜੇ ਵੈਸੇ ਦੱਸ ਦਿੰਦਾ ਅੰਡਰ ਵਿਚ ਸਕੀਮ ਆਫ ਪੰਜਾਬ ਗਵਰਨਮੈਂਟ ਗਰਲ ਚਾਈਲਡ ਆਫ ਦਾ ਪੋਰ ਫੈਮਿਲੀਜ਼ ਆਰ ਪ੍ਰੋਵਾਈਡਡ ਐਨੂਅਲ ਸਕਾਲਰਸ਼ਿਪ ਇਹ ਵੀ ਦੇਖੋ ਐਨੂਅਲ ਸਕਾਲਰਸ਼ਿਪ ਉਸ ਟਾਈਮ ਦੀ ਸਕੀਮ ਸੀ ਕਰੰਟ ਦੀ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ। ਚਲੋ ਨੈਕਸਟ ਕੁਐਸਚਨ ਦੇਖਦੇ ਆ। ਅਕੋਰਡਿੰਗ ਟੂ ਦਾ 2014 ਹਿਊਮਨ ਡਿਵੈਲਪਮੈਂਟ ਰਿਪੋਰਟ ਵਿੱਚ ਕੰਟਰੀ ਹੈਜ਼ ਬੀਨ ਹੈਜ਼ ਅ ਵਿੱਚ ਕੰਟਰੀ ਹੈਜ਼ ਬੈਸਟ ਐਚ ਡੀ ਆਈ ਇਨ ਦਾ ਵਰਲਡ ਅੱਛਾ ਹਿਊਮਨ ਡਿਵੈਲਪਮੈਂਟ ਇੰਡੈਕਸ ਦੇਖੋ ਉਸ ਟਾਈਮ ਦਾ ਮੈਨੂੰ ਪਤਾ ਨਹੀਂ ਹੁਣ ਤੁਹਾਨੂੰ ਦੱਸ ਦਿੰਦਾ ਆਲਮੋਸਟ ਇਹ ਸਰਟਨ ਹੀ ਹੁੰਦਾ ਹਰ ਹਰ ਸਾਲ ਲਗਭਗ ਨਾਰਵੇ ਟੌਪ ਕਰਦਾ ਤੇ ਇਹ ਕਰੰਟ ਦੇ ਹਿਸਾਬ ਨਾਲ ਦੱਸ ਰਿਹਾ ਮੈਂ ਉਹ 2014 ਦਾ ਨਹੀਂ ਆਪਾਂ ਨੂੰ ਪਤਾ ਕੁਝ ਤੇ ਜਿਹੜੀ ਇਹ UNDP ਆ ਉਹਦੇ ਦੁਆਰਾ ਦਿੱਤਾ ਜਾਂਦਾ UN ਡਵੈਲਪਮੈਂਟ ਪ੍ਰੋਗਰਾਮ ਦੇ ਦੁਆਰਾ ਠੀਕ ਆ HDI ਹਿਊਮਨ ਡਵੈਲਪਮੈਂਟ ਇੰਡੈਕਸ ਨੈਕਸਟ ਦੇਖਦੇ ਆਪਾਂ ਨੇਮ ਦਾ ਹੈਲਥ ਕੇਅਰ ਪਾਲਿਸੀ ਲਾਂਚਡ ਬਾਈ ਪੰਜਾਬ ਗਵਰਨਮੈਂਟ ਔਨ ਲਾਈਨਸ ਆਫ ਰਾਸ਼ਟਰੀਆ ਸਵਾਸਥ ਬੀਮਾ ਯੋਜਨਾ ਫਾਰ ਦਾ ਪੂਰ ਦੇਖੋ ਇਹ ਵੈਸੇ ਇਹ ਵੀ ਕਰੰਟ ਦਾ ਕਰਨ ਦੀ ਲੋੜ ਨਹੀਂ ਪਰ ਸਵਾਸਥ ਬੀਮਾ ਯੋਜਨਾ ਦਾ ਭਗਤਪੂਰਨ ਸਿੰਘ ਯੋਜਨਾ ਚਲਾਈ ਸੀਗੀ ਉਦੋਂ ਠੀਕ ਆ ਤੇ ਨੈਕਸਟ ਆਪਾਂ ਮੂਵ ਕਰਦੇ ਆ ਨੈਕਸਟ ਕੁਐਸਚਨ ਹੈ ਜੀ ਆਪਣਾ ਵਿੱਚ ਆਰਟੀਕਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਇਨਸ਼ੂਰਸ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਫਾਰ 올 ਚਿਲड्रन ਬੀਨ 에ਜ 6 ਟੂ 14 ਆਰਟੀਕਲ ਨੰਬਰ 21 ए ਇਹ ਤਾਂ ਸੌਖੀ ਸੀ ਵਿੱਚ ਪਲੇਸ ਆਫ ਪੰਜਾਬ ਦਾ ਗਵਰਨਮੈਂਟ ਆਫ ਇੰਡੀਆ ਇਸ ਸੈਟਿੰਗ ਅਪ ਬੋਰਲੌਗ ਇੰਸਟੀਟਿਊਟ ਫਾਰ ਸਾਊਥ ਏਸ਼ੀਆ ਫਾਰ ਵੀਟ ਐਂਡ ਮੇਜ਼ ਵੀਟ ਐਂਡ ਮੇਜ਼ ਦੇ ਲਈ ਬੋਰਲੌਗ ਨਾਰਮਲ ਬੋਰਲੌਗ ਜਿਹੜਾ ਕਿ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਕਿਹਾ ਜਾਂਦਾ ਇੰਡੀਆ ਦੇ ਵਿੱਚ ਤੇ ਇਹ ਲੁਧਿਆਣਾ ਦੇ ਪੀਏਯੂ ਦੇ ਵਿੱਚ ਸਥਿਤ ਹੈ ਠੀਕ ਹੈ ਪੈਪਸੂ ਦੀ ਫੁੱਲ ਫਾਰਮ ਇਹਨਾਂ ਨੇ ਕਹੀ ਆ ਪੈਪਸੂ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੀ ਹੋਣੀ ਆ ਵੈਸੇ ਪੰਜਾਬ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਆ ਦੀ ਬੀ ਆਪਸ਼ਨ ਠੀਕ ਹੈ 56 ਦੇ ਵਿੱਚ ਪੈਪਸੂ ਟੁੱਟ ਗਿਆ ਸੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਕੁਐਸਚਨ ਨੰਬਰ 75 ਵਿਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਦਾ ਹਾਈਐਸਟ ਸੈਕਸ ਰੇਸ਼ੋ ਇਹ ਹੈਗੀ ਆ ਜੀ ਹੁਸ਼ਿਆਰਪੁਰ ਉਹੀ ਨੇ ਇੰਟੈਲੀਜੈਂਟ ਤਾਂ ਅ ਟੋਟਲ ਨੰਬਰ ਆਫ ਵਾਈਲਡ ਲਾਈਫ ਸੈਂਚਰੀਜ਼ ਇਨ ਪੰਜਾਬ ਆਰ ਦੇਖੋ ਕਰੰਟ ਦੇ ਸਿਨੈਰੀਓ ਦੇ ਨਾਲ ਇਹ 13 ਸੀ ਜਿੱਥੇ ਤੱਕ ਮੈਂ ਮਤਲਬ ਦੇਖਿਆ ਹੋਇਆ ਤੇ ਹੁਣ ਲੇਟੈਸਟ ਵੀ ਆਈ ਥਿੰਕ 13 ਨੇ ਬਾਕੀ ਤੁਸੀਂ ਫਿਰ ਵੀ ਇੱਕ ਵਾਰ ਕਨਫਰਮ ਕਰ ਲਿਓ ਇਨ ਵਿੱਚ ਪਲੇਸ ਆਫ ਪੰਜਾਬ ਮਾਗੀ ਮੇਲਾ ਇਜ਼ सेलिब्रेटेड ਐਵਰੀ ইয়ার ਇਹ ਤਾਂ ਚਲੋ ਪਤਾਈਏ ਆਪਾਂ ਨੂੰ ਮੁਕਸਰ ਸਾਹਿਬ ਹੂ ਵਾਸ ਦਾ ਸਿੱਖ ਕਿੰਗ ਐਟ ਦਾ ਟਾਈਮ ਆਫ ਫਰਸਟ ਐਂਗਲੋ ਸਿੱਖ ਵਾਰ ਮਹਾਰਾਜਾ ਦਲੀਪ ਸਿੰਘ ਜੀ ਸੀਗੇ ਉਹਨੂੰ ਠੀਕ ਆ 45 ਦੇ ਟਾਈਮ 45 46 ਦੇ ਤੇ ਹਾਊ ਮਚ ਐਕਸੀਡੈਂਟਲ ਇੰਸ਼ੋਰੈਂਸ ਕਵਰ ਪ੍ਰਧਾਨ ਮੰਤਰੀ ਜਨਤਨ ਯੋਜਨਾ ਦਾ ਪੁੱਛਿਆ ਉਹਦੇ ਚ ਤਾਂ 1 ਲੱਖ ਰੁਪਏ ਦਾ ਐਕਸੀਡੈਂਟਲ ਕਵਰ ਸੀਗਾ ਠੀਕ ਆ ਤੇ ਨੈਕਸਟ ਕੁਐਸਚਨ ਥੇਅਰ ਡਿਡ ਦਾ ਯੂ ਐਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਯੂ ਐਨ ਐਫ ਸੀ 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 ਜਾਨੀ ਕਿ ਕੋਪ 20 ਇਹਨਾਂ ਨੇ ਪੁੱਛਿਆ ਆਪਾਂ ਨੂੰ ਕਰਨ ਦੀ ਲੋੜ ਨਹੀਂ ਬਹੁਤ ਪੁਰਾਣਾ ਕੁਐਸਚਨ ਆ ਇਨ ਵਿੱਚ ਲੇਅਰ ਆਫ ਦਾ ਐਟਮੋਸਫੀਅਰ ਡੂ ਮੋਸਟ ਵੈਦਰ ਫੀਨੋਮੀਨਾ ਅਕਰ ਦੇਖੋ ਵੈਦਰ ਫੀਨੋਮੀਨਾ ਜਿਹੜਾ ਮਤਲਬ ਕਿ ਲਾ ਲਓ ਤੁਸੀਂ ਸਾਹ ਵੀ ਆਪਣਾ ਐਟਮੋਸਫੀਅਰ ਦੇ ਨਾਲ ਰਿਲੇਟਡ ਲਾ ਲਓ ਜਾਂ ਹੋਰ ਮੀਂਹ ਵਗੈਰਾ ਹਨ ਉਹ ਹੈਗਾ ਜੀ ਟ੍ਰੋਪੋਸਫੀਅਰ ਦੇ ਵਿੱਚ ਜੇ ਇਹ ਪੁੱਛ ਲੈਂਦੇ ਵੀ ਇਨ ਵਿੱਚ ਲੇਅਰ ਇਸ ਦਾ ਓਜ਼ੋਨ ਲੇਅਰ ਸਿਚੁਏਟਿਡ ਓਜ਼ੋਨ ਲੇਅਰ ਹੈਗੀ ਹੈ ਜੀ ਸਟ੍ਰੈਟੋਸਫੀਅਰ ਦੇ ਵਿੱਚ ਬੀ ਆਪਸ਼ਨ ਦੇ ਵਿੱਚ ਠੀਕ ਆ ਚਲੋ 81 ਹੋ ਗਿਆ ਆਪਣਾ 82 ਤੇ ਚਲਦੇ ਆਂ ਇਨ ਦੀ ਕੰਟੈਕਸਟ ਆਫ ਕਾਰਬਨ ਡਾਈਆਕਸਾਈਡ ਇਮਿਸ਼ਨ ਓਕੇ ਸੌਰੀ ਐਡ ਗਲੋਬਲ ਵਾਰਮਿੰਗ ਵਾਟ ਇਜ਼ ਦਾ ਨੇਮ ਆਫ ਅ ਮਾਰਕੀਟ ਡਰਾਈਵਨ ਡਿਵਾਈਸ ਅੰਡਰ ਦਾ ਯੂ ਐਨ ਐਫ ਸੀ ਸੀ ਥੈਟ ਅਲੋਅਸ ਡਿਵੈਲਪਿੰਗ ਕੰਟਰੀਜ਼ ਟੂ ਗੈਟ ਫੰਡ ਅੱਛਾ ਡਿਵੈਲਪਿੰਗ ਕੰਟਰੀ ਨੂੰ ਫੰਡ ਮਤਲਬ ਕਿ ਕਿਦੇ ਕਰਕੇ ਮਿਲਦੇ ਨੇ ਇਮਿਸ਼ਨਸ ਦੇ ਰਿਲੇਟਡ ਹਨਾ ਇਹਨਾਂ ਦੀ ਕੰਟਰੀਜ਼ ਦੀ ਨਾ ਇੱਕ ਕਾਰਬਨ ਕ੍ਰੈਡਿਟ ਰੇਟਿੰਗ ਹੁੰਦੀ ਆ ਠੀਕ ਆ ਉਹਦੇ ਅਕੋਰਡਿੰਗ ਹੀ ਮਿਲਦੇ ਆ ਚਲੋ ਨੈਕਸਟ ਕੁਐਸਚਨ ਹੈਗਾ ਡੈਂਟਲ ਕੈਰੀਜ਼ ਔਰ ਡੈਂਟਲ ਕੈਵਿਟੀਜ਼ ਵੀ ਆਪਾਂ ਇਹਨੂੰ ਕਹਿ ਦਿੰਦੇ ਆ ਤੇ ਟੂਥ ਡिके ਜਾਨੀ ਕਿ ਦੰਦ ਜਿਹੜੇ ਖਰਾਬ ਹੋ ਜਾਂਦੇ ਨੇ ਇਹ ਕਿਹਦੇ ਕਰਕੇ ਹੁੰਦੇ ਆ ਇਹ ਬੈਕਟੀਰੀਅਲ ਇਨਫੈਕਸ਼ਨ ਕਰਕੇ ਹੁੰਦੇ ਆ ਇਹ ਵੀ ਸੌਖਾ ਹੀ ਸੀਗਾ ਉਸ ਤੋਂ ਬਾਅਦ ਆ ਵਨ ਮਾਰਨਿੰਗ ਆਫਟਰ ਸਨਰਾਈਜ਼ ਅੱਛਾ ਇਹ ਆ ਗਿਆ ਦਾ ਡਾਇਰੈਕਸ਼ਨ ਦਾ ਕੁਐਸਚਨ ਆ ਰੀਜ਼ਨਿੰਗ ਦਾ ਇਹ ਤੁਸੀਂ ਦੇਖ ਲਿਓ ਠੀਕ ਆ ਸਕਰੀਨ ਤੇ ਜੇ ਇਦਾਂ ਦੇ ਕੁਐਸਚਨ ਸੋਲਵ ਕਰਨੇ ਹੁੰਦੇ ਨੇ ਵੀਡੀਓ ਨੂੰ ਪਾਜ਼ ਕਰ ਲਿਆ ਕਰੋ ਤੇ ਇਹਨਾਂ ਨੇ ਐਗਜ਼ਾਮੀਨੇਸ਼ਨ ਇਹ ਵੀ ਇਹਦਾ ਹੀ ਆ ਰੀਜ਼ਨਿੰਗ ਦਾ ਹੀ ਨਹੀਂ ਕਰਦੇ ਆਪਾਂ ਨੈਕਸਟ ਵੀ ਰੀਜ਼ਨਿੰਗ ਦਾ 86 87 ਵੀ 88 ਤੇ ਚੱਲਦੇ ਆਪਾਂ ਸਿੱਧੇ ਵਿਚ ਆਫ ਦਾ ਫੋਲੋਇੰਗ ਹੈਬਿਟੈਟਸ ਹੈਜ਼ ਨਾਟ ਬੀਨ ਇਨਕਲੂਡਡ ਐਜ਼ ਅ ਇੰਡੀਅਨ ਬਾਇਓਡਾਈਵਰਸਿਟੀ ਹੌਟਸਪੌਟ ਇਹਨਾਂ ਦੇ ਵਿੱਚੋਂ ਬਾਇਓਡਾਈਵਰਸਿਟੀ ਦਾ ਹੌਟਸਪੌਟ ਕਿਹੜਾ ਨਹੀਂ ਹੈਗਾ ਦੇਖੋ ਈਸਟਰਨ ਕਾਰਟਸ ਹੈਗਾ ਵੈਸਟਰਨ ਕਾਰਟਸ ਹੈਗਾ ਨਾਰਥ ਈਸਟਰਨ ਹਿਲਸ ਅੰਗਾਰੋ ਖਾਸੀ ਜੈਂਤੀਆ ਹਿਲਜ਼ ਹਨਾ ਉਹ ਸਾਰੇ ਹੈਗੇ ਨੇ ਤੇ ਰਹਿ ਗਈ অপਸ਼ਨ ਨੰਬਰ ਡੀ ਜਾਨੀ ਕਿ ਸਾਊਥ ਈਸਟਰਨ ਹਿਲਜ਼ ਇਹ ਨਹੀਂ ਹੈਗੇ ਠੀਕ ਆ ਸੌਖੀ ਸੀ ਦਾ ਏਰੀਆ ਆਫ ਦਾ ਬਾਇਓ ਬਾਇਓਸਫੀਅਰ ਵਿਚ ਇਸ ਪ੍ਰੋਟੈਕਟਿਡ ਐਨਟਾਇਰਲੀ ਵਿਦਆਊਟ ਐਨੀ ਐਕਸਪੈਰੀਮੈਂਟੇਸ਼ਨ ਐਂਡ ਰਿਸਰਚ ਐਂਡ ਨੋ ਬਾਇਓਟਿਕ ਇੰਟਰਫੇਰੈਂਸ ਇਸ ਨੋਨ ਐਸ ਅੱਛਾ ਮਤਲਬ ਕਿ ਜਿੱਥੇ ਬਿਲਕੁਲ ਵੀ ਇੰਟਰਫੇਰੈਂਸ ਅਲਾਉਡ ਨਹੀਂ ਹੁੰਦੀ ਜਾਨੀ ਕਿ ਮੋਸਟ ਪ੍ਰੋਟੈਕਟਿਡ ਏਰੀਆ ਕਿਹੜਾ ਹੁੰਦਾ ਉਹ ਕੋਰ ਜ਼ੋਨ ਹੁੰਦੀ ਆ ਕੋਰ ਜ਼ੋਨ ਦੇ ਵਿੱਚ ਮਤਲਬ ਕਿ ਹਿਊਮਨ ਇੰਟਰਫਰੈਂਸ ਬਿਲਕੁਲ ਨਹੀਂ ਅਲਾਉਡ ਹੁੰਦੀ ਬਫਰ ਚ ਥੋੜੀ-ਬਹੁਤੀ ਹੁੰਦੀ ਆ ਫਿਰ ਆ ਗਿਆ ਨੈਕਸਟ ਕੁਐਸਚਨ ਵਿੱਚ ਉਹਦਾ ਫੋਲੋਇੰਗ ਗ੍ਰੀਨ ਹਾਊਸ ਗੈਸ ਦਾ ਗ੍ਰੇਟੈਸਟ ਹੀਟ ਟਰੈਪਿੰਗ ਅਬਿਲਿਟੀ ਅੱਛਾ ਪਰ ਮੋਲੀਕਿਊਲ ਪੁੱਛਿਆ ਇਹਨਾਂ ਨੇ ਮਤਲਬ ਕਿ ਸਾਰਿਆਂ ਨੂੰ ਜ਼ਿਆਦਾ ਹੀਟ ਕਿਹੜੀ ਗ੍ਰੀਨ ਹਾਊਸ ਗੈਸੇਸ ਦੇ ਵਿੱਚ ਹੁੰਦੀ ਆ ਟਰੈਪ ਕਰਨ ਦੀ ਅਬਿਲਿਟੀ ਠੀਕ ਆ ਤੇ ਉਹ ਇਹ ਆਊਗਾ ਇਹਦਾ ਆਨਸਰ ਆਊਗਾ ਕਲੋਰੋਫਲੋਰੋਕਾਰਬਨ ਠੀਕ ਆ ਜੈਨਕੀ ਆਪਸ਼ਨ ਨੰਬਰ ਸੀ ਇੱਕ ਮਿੰਟ ਆ ਆ ਦੇਖੋ অপশন নাম্বার সি ਤੇ ਜੇ ਆਪਣੇ ਦੇਖਣਾ ਮਤਲਬ ਕਿ ਉਦਾਂ ਕੰਟਰੀਬਿਊਸ਼ਨ কার্বন ডাই অক্সাইড ਦਾ গ্রিনহাউস ਦੇ ਵਿੱਚ ਤਾਂ ਕਰਕੇ জ्यादा ਹੈ ਕਿਉਂਕਿ এਦੀ ਜਿਹੜੀ কোয়ানਟੀਟੀ ਆ ওভারঅল ਠੀਕ ਆ ਉਹ ਬਹੁਤ জ्यादा ਹੈ ਤੇ नेक्स्ट ਕੁਐਸਚਨ ਹੈ ਮিনাਮਾਤਾ ডিজিজ காਸਡ ਬਾਈ মারকারি ਪੋਲੂਸ਼ਨ ਜਪਾਨ ਦੇ ਵਿੱਚ ਮিনাਮਾਤਾ ডিজিজ ਹੁੰਦੀ ਆ ਹੱਥ ਪੈਰ ਸੁਨ ਹੋ ਜਾਂਦੇ ਆ ਹੱਡੀਆਂ ਵਗੈਰਾ ਕਮਜ਼ੋਰ ਹੋ ਜਾਂਦੀਆਂ ਨੇ ਤੇ ਇਹ ਕਹਿੰਦਾ ਕੀ ਡਿਸਆਰਡਰ ਕਰਕੇ ਹੁੰਦੀ ਆ ਇਹ ਨਿਊਰੋਲੋਜੀਕਲ ਡਿਸਆਰਡਰ ਕਰਕੇ ਹੁੰਦੀ ਆ ਠੀਕ ਆ ਬੀ ਬੀ ਆਪਸ਼ਨ ਹੋਗਾ ਉਸ ਤੋਂ ਬਾਅਦ ਆ ਗਿਆ ਵਿਚ ਸਟੇਟ ਬਿਕਮਸ ਦਾ ਫਰਸਟ ਸਟੇਟ ਇਨ ਦਾ ਕੰਟਰੀ ਟੂ ਲਾਂਚ ਹੈਲਥ ਅਦਾਲਤ ਇਹ ਵੀ ਕਰੰਟ ਦਾ ਕੁਐਸਚਨ ਸੀ ਕਰੰਟ ਬਹੁਤ ਇੰਪੋਰਟੈਂਟ ਨੇ ਜ਼ਰੂਰ ਕਰ ਲਿਓ ਠੀਕ ਆ ਇਹ ਵੀ ਹੈਲਥ ਅਦਾਲਤ ਵੀ ਕਰਨਾਟਕਾ ਨੇ ਲਾਂਚ ਕੀਤੀ ਸੀ ਚਲੋ ਨੈਕਸਟ ਆਪਾਂ ਦੇਖਦੇ ਆ ਅੱਗੇ ਆ ਗਏ ਬਸ ਨੇੜੇ ਪਹੁੰਚ ਗਏ ਆਪਾਂ ਵਿਚ ਐਕਟਰਸ recognized as the woman of the year ਇਹਨੂੰ ਵੀ ਛੱਡੋ ਪੁਰਾਣਾ ਹੋ ਗਿਆ ਪੰਜਾਬ ਗਵਰਨਮੈਂਟ ਲਾਂਚਡ ਈ ਸਟੈਂਪਿੰਗ ਪ੍ਰੋਜੈਕਟ ਔਨ ਇਹ ਵੀ ਛੱਡੋ ਲੋਡ ਨਹੀਂ ਕਰਨ ਦੀ ਕਾਜ਼ੀਰੰਗਾ ਨੈਸ਼ਨਲ ਪਾਰਕ ਕਿਹਦੇ ਕਰਕੇ ਮਸ਼ਹੂਰ ਆ ਰਾਈਨੋਸਰਸ ਠੀਕ ਆ ਇਹ ਆ ਗਿਆ অপਸ਼ਨ ਨੰਬਰ ਬੀ 100 ਰਾਈਨੋ ਯਾਨੀ ਕਿ ਜਿਹਨੂੰ ਆਪਾਂ ਗੈਂਡਾ ਕਹਿੰਦੇ ਆ ਫੀਮੇਲ ਲਿਟਰੇਸੀ ਰੇਟ ਪੰਜਾਬ ਦੇ ਵਿੱਚ 2011 ਸੈਂਸਸ ਦੇ ਹਿਸਾਬ ਨਾਲ ਦੇਖੋ ਕੱਲ ਆਪਾਂ ਦੇਖਿਆ ਸੀ 76.5% ਦਾ ਓਵਰਆਲ ਸੀਗਾ ਤਾਂ 78 ਤੇ 75 ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਇਸ ਲਈ ਰਹਿ ਗਿਆ 66 ਤੇ 68 ਪਰ ਆਨਸਰ ਜੋ ਆ ਮਤਲਬ ਕਿ 70 ਦੇ ਨੀਅਰ ਅਬਾਊਟ ਉਹ ਹੈਗਾ ਏ ਆਪਸ਼ਨ ਦਾ ਕੰਟਰੀ ਦੈਟ ਸ਼ੇਅਰ ਦਾ ਲੌਂਗੇਸਟ ਬਾਰਡਰ ਵਿਦ ਇੰਡੀਆ ਇੰਡੀਆ ਦਾ ਬਾਰਡਰ ਸਭ ਤੋਂ ਲੌਂਗੇਸਟ ਕਿਹਦੇ ਨਾਲ ਹੁੰਦਾ ਬੰਗਲਾਦੇਸ਼ ਦੇ ਨਾਲ 4096 ਤਾਂ ਇਸ ਲਈ ਬੀ ਆਪਸ਼ਨ ਬੰਗਲਾਦੇਸ਼ ਦੂਜੇ ਨੰਬਰ ਤੇ ਚਾਈਨਾ ਆਜੂਗਾ ਤਕਰੀਬਨ 3350 ਦੇ ਨੇੜੇ ਤੇੜੇ ਤੇ ਪਾਕਿਸਤਾਨ ਦੇ ਨਾਲ 3200 ਜਾਂ 3300 ਦੇ ਗੇੜੇ ਚ ਪਾਕਿਸਤਾਨ ਦੇ ਨਾਲ ਠੀਕ ਆ ਤੇ ਚਲੋ ਨੈਕਸਟ ਕੁਐਸਚਨ ਆਪਾਂ ਦੇਖ ਲੈਂਦੇ ਆ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਕਨਸਟੀਟੂਐਂਟ ਆਫ ਹਡੀ ਆਈ ਹਡੀ ਆਈ ਆਪਾਂ ਆਲਰੇਡੀ ਯੂ ਐਨ ਡੀ ਪੀ ਦਾ ਦੇਖ ਚੁੱਕੇ ਆ ਹਿਊਮਨ ਡਿਵੈਲਪਮੈਂਟ ਇੰਡੈਕਸ ਠੀਕ ਆ ਉਹਦੇ ਵਿੱਚ ਮਤਲਬ ਕਿ ਉਹਨੂੰ ਜਿਹੜਾ ਇੰਡੈਕਸ ਨੂੰ ਪ੍ਰੇਪੇਅਰ ਕਰਨ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਆ ਜਿਹੜੀ ਨਹੀਂ ਵਰਤੀ ਜਾਂਦੀ ਪਰ ਕੈਪੀਟਲ ਇਨਕਮ ਹੁੰਦੀ ਆ ਲਾਈਫ ਐਕਸਪੈਕਟੈਂਸੀ ਐਟ ਬਰਥ ਹੁੰਦੀ ਆ ਲਾਈਫ ਐਕਸਪੈਕਟੈਂਸੀ ਐਟ ਦੀ ਏਜ ਆਫ 1 ਇਹ ਨਹੀਂ ਹੁੰਦੀ 1 ਸਾਲ ਦੀ ਤਾਂ ਵੈਸੇ ਕਿਤੇ ਦੇਖਿਆ ਵੀ ਨਹੀਂ ਆਪਾਂ ਨੇ ਲਾਈਫ ਐਕਸਪੈਕਟੈਂਸੀ ਐਟ ਬਰਥ ਹੀ ਦੇਖਿਆ ਜਾਂਦਾ ਗ੍ਰੋਸ એનਰੋਲਮੈਂਟ ਰੇਸ਼ੋ ਰੇਸ਼ੋ ਜਾਂ ਰੇਟ ਵੀ ਹੁੰਦਾ ਤੇ ਫਿਰ ਹੈਗਾ ਦਾ ਸਪਰੈਟ ਇਨ ਕਲਰਜ਼ ਇਨ ਅ ਸਕਾਈ ਇਸ ਪ੍ਰਾਇਮਰਲੀ ਅੱਛਾ ਇਹ ਕਲਰਜ਼ ਇਨ ਇੱਥੇ ਰੇਨਬੋ ਹਣਾ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਸਪਰੈਡ ਇਨ ਕਲਰਸ ਇੱਥੇ ਆਫ ਰੇਨਬੋ ਠੀਕ ਹੈ ਰੇਨਬੋ ਦੇ ਕਲਰਸ ਦੇ ਵਿੱਚ ਜਿਹੜੀ ਸਪਰੈਡ ਹੁੰਦੀ ਆ ਉਹ ਕਿਹਦੇ ਕਰਕੇ ਹੁੰਦੀ ਆ ਉਹ ਹੁੰਦੀ ਆ ਡਿਸਪਰਸ਼ਨ ਕਰਕੇ ਹਾਂਜੀ ਲਾਸਟ ਕੁਐਸਚਨ ਆ ਗਿਆ ਵਿੱਚ ਕੰਬੀਨੇਸ਼ਨ ਇਜ਼ ਨਾਟ ਕਰੈਕਟ ਮੰਗੀ ਮੇਲਾ ਮੁਖਸਰ ਸਾਹਿਬ ਠੀਕ ਹੈ ਉਸ ਤੋਂ ਬਾਅਦ ਰੂਰਲ ਸਪੋਰਟਸ ਕਿਲਾ ਰਾਏਪੁਰ ਜੁਹੰਦੀਆਂ ਨੇ ਲੁਧਿਆਣਾ ਹੋ ਗਿਆ ਠੀਕ ਆ ਤੀਜੀ ਆਪਸ਼ਨ ਹੈਗੀ ਸ਼ਿਦੀ ਜੋੜ ਮੇਲਾ ਇਹ ਹੈਗਾ ਛਪਾਰ ਲਿਖਿਆ ਹੋਇਆ ਇਹ ਗਲਤ ਆ ਫਤੇਗੜ ਸਾਹਿਬ ਆ ਗਿਆ ਉਸ ਤੋਂ ਬਾਅਦ ਹੋਲਾ ਮਹੱਲਾ ਫਰੀ ਅਨੰਦਪੁਰ ਸਾਹਿਬ ਇਹ ਵੀ ਠੀਕ ਆ ਇਸ ਲਈ ਆਪਸ਼ਨ ਨੰਬਰ ਸੀ ਆ ਗਈ ਦੇਖੋ ਇੰਨੀ ਕੀ ਆਪਣੀ ਵੀਡੀਓ ਸੀ ਅੱਜ ਦੀ ਹਾਜ਼ਰੀ ਪ੍ਰਵਾਨ ਕਰੋ ਨੈਕਸਟ ਵੀਡੀਓ 'ਚ ਮਿਲਾਂਗੇ ਆਪਾਂ ਤੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਜੇ ਵਧੀਆ ਲੱਗਦੀ ਹੈ ਵੀਡੀਓ ਲਾਈਕ ਕਰ ਦਿਆ ਕਰੋ ਨਹੀਂ ਡਿਸਲਾਈਕ ਕਰ ਦਿਆ ਕਰੋ ਬਾਕੀ ਸ਼ੇਅਰ ਵਗੈਰਾ ਕਰ ਦਿਆ ਕਰੋ ਐਨੀ ਬਹੁਤ ਆ ਤੇ ਟੈਲੀਗ੍ਰam ਤੇ ਤੁਸੀਂ ਜੁਆਇਨ ਕਰ ਸਕਦੇ ਹੋ ਪੰਜਾਬ ਜੀਕੇ ਕਰੰਟ ਸਰਚ ਕਰਕੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਓਕੇ ਟੇਕ ਕੇਅਰ ਸਤਿ ਸ੍ਰੀ ਅਕਾਲ